ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਹੋ ਰਹੇ ਹਨ ਕਿ ਹਰ ਇੱਕ ਦੀ ਜਾਨ ਤੇ ਬਣ ਆਈ ਹੈ। ਰਾਹ ਜਾਂਦੇ ਲੋਕ ਵੀ ਹੁਣ ਸੁਰੱਖਿਅਤ ਨਹੀਂ ਹਨ। ਮਾਮਲਾ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਕੋਟ ਮਜਲਸ ਤੋਂ ਸਾਹਮਣੇ ਆਇਆ, ਜਿੱਥੇ ਦੋ ਸਕੇ ਭਰਾ ਘਰ ਤੋਂ ਬਾਹਰ ਸਮਾਨ ਲੈਣ ਨਿਕਲੇ ਅਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਦੋਵੇਂ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਪੁਲਿਸ ਕਰ ਰਹੀ ਹੈ ਜਾਂਚ। ਜਾਣਕਾਰੀ ਦਿੰਦਿਆਂ ਦੋਵਾਂ ਭਰਾਵਾਂ ਨੇ ਦੱਸਿਆ ਕਿ ਉਹ ਆਪਣਾ ਨਵਾਂ ਘਰ ਬਣਾ ਰਹੇ ਹਨ ਅਤੇ ਘਰੋਂ ਸ਼ਟਰਿੰਗ ਦਾ ਸਮਾਨ ਲੈਣ ਲਈ ਨਿਕਲੇ ਸੀ। ਘਰ ਤੋਂ ਥੋੜ੍ਹੀ ਦੂਰੀ ਉੱਤੇ ਜਦ ਸੜਕ 'ਤੇ ਪਹੁੰਚੇ ਤਾਂ ਸਾਹਮਣੇ ਤੋਂ ਦੋ ਮੋਟਰਸਾਈਕਲ 'ਤੇ ਆ ਰਹੇ ਨੌਜਵਾਨਾਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ, ਪਰ ਜਦ ਉਹਨਾਂ ਨੂੰ ਪੁੱਛਿਆ ਤਾਂ ਅੱਗੋਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਟੋਟਲ 4 ਫਾਇਰ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਦੇ ਪੱਟ 'ਤੇ ਗੋਲੀ ਲੱਗੀ ਅਤੇ ਦੂਜੇ ਦੇ ਗੁਪਤ ਅੰਗ ਦੇ ਨੇੜੇ ਲੱਗੀ। ਉਹਨਾਂ ਕਿਹਾ ਕਿ ਦੋਵੇਂ ਨੌਜਵਾਨ ਨਸ਼ੇ ਦੇ ਹਾਲਾਤ ਵਿੱਚ ਲੱਗ ਰਹੇ ਸਨ ਅਤੇ ਪਹਿਲਾਂ ਕਦੇ ਇਹਨਾਂ ਨੂੰ ਅਸੀਂ ਦੇਖਿਆ ਵੀ ਨਹੀਂ। ਮੌਕੇ ਉੱਤੇ ਚਸ਼ਮਦੀਦ ਕੁਲਦੀਪ ਸਿੰਘ ਨੇ ਦੱਸਿਆ ਕਿ ਦੋ ਨੌਜਵਾਨ ਜੋ ਨਸ਼ੇ ਦੇ ਹਾਲਾਤ ਵਿੱਚ ਲੱਗ ਰਹੇ ਸਨ, ਉਹਨਾਂ ਨੇ ਦੋਵਾਂ ਭਰਾਵਾਂ ਨੂੰ ਜੋ ਰਾਹੀ ਸਨ ਉਹਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਮੈਂ ਦੂਰੋਂ ਦੌੜ ਕੇ ਉਹਨਾਂ ਤੱਕ ਛੁਡਾਉਣ ਲਈ ਪਹੁੰਚਿਆ ਤਾਂ ਉਹਨਾਂ ਨੇ ਮੇਰੇ ਉੱਤੇ ਵੀ ਫਾਇਰ ਕਰ ਦਿੱਤਾ, ਜੋ ਮੇਰੇ ਸਿਰ ਉੱਤੋਂ ਹੀ ਹੋ ਕੇ ਨਿਕਲ ਗਈ। ਦੋਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਦੋਨਾਂ ਦੀ ਜਾਨ ਖਤਰੇ ਤੋਂ ਬਾਹਰ ਹੈ। ਉੱਧਰ ਜਦ ਸੰਬੰਧਿਤ ਥਾਣਾ ਦੇ ਪੁਲਿਸ ਅਧਿਕਾਰੀਆਂ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਜੇ ਬਿਆਨ ਦਰਜ ਕੀਤੇ ਜਾ ਰਹੇ ਹਨ, ਅਜੇ ਕੈਮਰੇ ਸਾਹਮਣੇ ਕੁਝ ਨਹੀਂ ਬੋਲ ਸਕਦੇ। ਕੱਲ੍ਹ ਕੁਝ ਨਹੀਂ ਹੋਈ ਸਰ, ਇਹ ਮੇਰੇ ਤੋਂ ਵੱਡਾ ਫਰਮਾ ਲੈ ਕੇ ਲੰਘਣ ਡੇ, ਫਰਮਾ ਲੈ ਕੇ ਆਇਆ ਪਿੱਲਰ ਭਰਨਾ, ਉਹ ਲਾਗੋਂ ਦੀ ਫਰਮਾ ਲੈ ਕੇ ਲੰਘਾ, ਲਾਗੋਂ ਦੀ ਉਹ ਮੋਟਰਸਾਈਕਲ 'ਤੇ ਦੋ ਜਾਣੇ ਆਉਂਦੇ ਸਪਲੈਂਡਰ ਦੇ, ਲਾਗੋਂ ਦੀ ਨੰਗੇ ਅਤੇ ਉਹ ਜਦੋਂ ਲਾਗੋਂ ਦੀ ਇਹਦੇ ਨੰਗੇ ਨੇ ਗਾਲ ਕੱਢ ਦੋ, ਗਾਲਾਂ ਕੱਢਣ ਡੇ ਪਏ। ਮੈਂ ਉੱਥੇ ਮੋੜ 'ਤੇ ਖਲੋਤਾ, ਰੇੜੀ ਲਾ ਕੇ ਘੋੜੀਆਂ ਲੈਣ ਜਾਣਾ, ਅਤੇ ਮੈਨੂੰ ਪੁੱਛਿਆ ਮੈਂ ਹਲੋ ਵੀਰ ਗਾਲਾਂ ਕੋ ਕੱਢਣ ਡੇ ਜੇ, ਉਹਨੇ ਕੁਝ ਨਹੀਂ ਵੇਖਿਆ, ਉਤਰਿਆ ਮੋਟਰਸਾਈਕਲ ਤੋਂ ਡੱਬ 'ਚੋਂ ਕੱਢਿਆ, ਠਾਹ ਠਾਹ ਕਰਨ ਡੇ ਪਿਆ। ਉਹਨਾਂ ਅੱਗੇ ਕਦੀ ਵੇਖੇ ਮੁੰਡੇ ਕਿ ਪਹਿਲੇ? ਕਦੀ ਨਹੀਂ ਵੇਖੇ ਭਾਜੀ, ਮੈਂ ਜਾਣਦਾ ਵੀ ਨਹੀਂ ਕੌਣ ਆ ਕੌਣ ਨਹੀਂ, ਅਣਪਛਾਣੇ ਬੰਦੇ ਆ ਦੋਵੇਂ ਮੋਨੇ। ਮੈਂ ਵੇਖੇ ਪਹਿਲਾਂ, ਮੈਂ ਕਦੀ ਖਰੇ ਵੇਖੇ ਵੀ ਨਹੀਂ ਹੁਣ, ਅਤੇ ਉਹਨੇ ਕੱਢਣ ਡਿਆ ਵਾ, ਉਹਨਾਂ ਚਿਰ ਨੂੰ ਇਹ ਫਰਮਾ ਛੱਡ ਕੇ ਆ ਗਿਆ, ਇਹਨੇ ਵੀ ਆਣ ਕੇ ਆਖਿਆ ਹੈਲੋ ਵੀਰ ਕੀ ਗੱਲ ਹੋ ਗਈ ਆ, ਉਹਨਾਂ ਕੁਝ ਵੇਖਿਆ ਨਹੀਂ। ਹੁਣ ਇੱਕ ਉਹਨੇ ਜਦੋਂ ਥਾਂ ਨੂੰ ਮਾਰਿਆ ਮੇਰੇ ਇੱਥੇ ਨਲਾਂ 'ਚ ਵੱਜ ਗਈ, ਪੜ੍ਹਦੇ ਅਤੇ ਦੂਜੇ ਦੇ ਲੱਤ 'ਤੇ ਵੱਜ ਗਈ। ਸਰ ਗੱਲ ਰਾਹੀ ਜਾਂਦੇ ਸਰ ਜੀ, ਅਸੀਂ ਵੀ ਸਮਾਨ ਲੈ ਕੇ ਜਾ ਰਹੇ ਹਾਂ, ਘਰ ਵਿੱਚ ਕਮਰੇ ਪਾਉਣ ਡੇ ਆਪਣੇ, ਉਤਲੀ ਪਰਮਾ ਲੈ ਕੇ ਆਉਂਦੇ ਹਾਂ, ਅਤੇ ਲਾਗੋਂ ਦੀ ਨੰਗੇ ਤੋਂ ਗਾਲਾਂ ਕੱਢਦੇ ਕੱਢਣ ਡੇ ਪਏ, ਕਿਤੇ ਮੈਨੂੰ ਪਤਾ ਨਹੀਂ ਗਾਲਾਂ ਕੱਢਣ ਡੇ, ਕਿਤੇ ਮੈਂ ਗਾਂਹ ਚਲ ਗਿਆ, ਛੋਟਾ ਉੱਥੇ ਖੜ੍ਹਾ ਸੀ, ਉਹ ਵੀ ਜਾਣ ਡਿਆ, ਹੁਣ ਰੇੜੀ ਲੈ ਕੇ ਘੋੜੀਆਂ ਲੈਣ ਜਾਣਾ ਸੀ, ਉਹਨੇ ਇਹੀ ਗੱਲ ਪੁੱਛੀ ਕਿ ਕਿਉਂ ਗਾਲਾਂ ਕੱਢਦੇ ਜੇ, ਇਹਦੇ ਵਿੱਚ ਹੀ ਉਹਨਾਂ ਨੇ ਸਾਡੇ ਠਾਹ ਠਾਹ ਕਰਕੇ ਮਾਰਤੀ, ਪਤਾ ਨਹੀਂ ਰਾਹੀ ਕੋਈ ਜਾਂਦਾ ਹੈ, ਸਾਡੀ ਤਾਂ ਪਹਿਚਾਣ 'ਚ ਵੀ ਨਹੀਂ ਨਾ ਕਿ ਸਾਡੀ ਕਿਸੇ ਨਾਲ ਗੱਲ, ਵੇਖੇ ਪਹਿਲੀ ਵਾਰੀ, ਪਤਾ ਨਹੀਂ ਨਸ਼ੇ ਜੀ ਕਿ ਨਸ਼ੇ ਨੁਸ਼ੇ 'ਚ, ਹਾਂਜੀ ਨਸ਼ੇ ਦੀ ਹਾਲਾਤ ਜੀ ਲੱਗਦੇ ਸੀ, ਮੋਟਰਸਾਈਕਲ 'ਤੇ ਦੋ ਜਾਣੇ, ਹਾਂਜੀ ਇਹ ਕੋਠੀ ਪਾਉਣ ਡੇ, ਮੈਂ ਤਾਂ ਆਇਆ ਇਹ ਕੋਠੀ ਪਾਉਣ ਡੇ ਬਾਹਰੋਂ ਆਏ, ਅਤੇ ਮੈਂ ਇੱਧਰ ਆਇਆ ਉੱਦਾਂ ਹੀ, ਅਤੇ ਇਹਨੂੰ ਇਹ ਬੱਜੀ ਜਿੱਦਣ ਡਿਆ, ਅਤੇ ਮੈਂ ਇਹਨੂੰ ਆਖਿਆ ਮੈਂ ਉਹ ਲੜਾਈ ਹੋਣ ਡਈ ਹੈ, ਅਸੀਂ ਦੌੜ ਕੇ ਉੱਥੇ ਚੌਂਕ 'ਚ ਗਏ ਹਾਂ, ਅਤੇ ਉਹਨੇ ਤਿੰਨ ਫੈਰ ਦੋ ਇਹਨਾਂ ਨੇ ਵੱਜੀਆਂ, ਇੱਕ ਸੜਕ 'ਚ ਵੱਜੀ, ਇੱਕ ਮੇਰੇ ਮੈਂ ਜੱਫਾ ਮਾਰਿਆ ਮੋਟਰਸਾਈਕਲ ਬਹਿ ਕੇ ਫਿਰ ਉੱਠ ਬਾਹ ਫੈਲ ਕੱਢਿਆ, ਅਤੇ ਉਹ ਧੋਣੀਆਂ ਗਿਆ ਮੇਰੇ ਉਹ ਕਰਦੇ ਮੋਟਰਸਾਈਕਲ 'ਤੇ ਦੋ ਜਾਣੇ, ਉਹ ਹੁਣ ਜਿਹੜੇ ਸਮੈਕੀ ਹੈ ਉਹ ਹੋਰ ਕਿਹੜਾ ਕੰਮ ਕਰਦੇ, ਅਤੇ ਜੇ ਆਪਾਂ ਮਾੜਾ ਪੈ ਜਾਂਦਾ ਹੋਰ ਗਾੜੀ ਅਤੇ ਫੜਿਆ ਜਾਣਾ, ਉੱਤੋਂ ਦੀ ਉੱਤੋਂ ਲੰਘ ਗਏ ਮੋਟਰਸਾਈਕਲ 'ਤੇ ਬਹਿ ਕੇ, ਜਦੋਂ ਫਿਰ ਫਿਰ ਫੈਰ ਚੌਥਾ ਫੈਰ ਕੱਢਿਆ ਨਾ, ਸਾਡੇ ਕੋਲ ਦੋ ਇੰਜਰਡ ਪੇਸ਼ੈਂਟ ਆਏ ਨੇ, ਗਨ ਸ਼ੋਟ ਵਾਲੇ ਆਏ ਨੇ, ਠੀਕ ਹੈ, ਅਤੇ ਇੱਕ ਦਾ ਨਾਮ ਕਨਵਲਜੀਤ ਸਿੰਘ ਹੈ ਅਤੇ ਦੂਜੇ ਦਾ ਨਾਮ ਅਮਰਜੀਤ ਸਿੰਘ ਹੈਗਾ ਆ, ਅਤੇ ਦੋਨਾਂ ਨੇ ਸਾਨੂੰ ਦੱਸਿਆ ਹੈ ਕਿ ਉਹਨਾਂ ਨੂੰ ਕਿਸੇ ਨੇ ਗੋਲੀਆਂ ਚਲਾਈਆਂ, ਰਸਤੇ 'ਚ ਜਾਂਦੇ ਪਏ ਸੀ ਕਿ ਕਿਸੇ ਨੇ ਗੋਲੀਆਂ ਚਲਾਈ ਦੀਆਂ। ਜਿਹੜਾ ਕਨਵਲਜੀਤ ਸਿੰਘ ਹੈ ਦੋਨੋਂ ਸਟੇਬਲ ਨੇ ਪੇਸ਼ੈਂਟ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ, ਬਟ ਜਿਹੜੇ
ਕਰਮਲਜੀਤ ਸਿੰਘ ਹੈ ਉਹਨਾਂ ਦੇ ਇੱਕ ਤਾਂ ਸਕਰੋਟਮ 'ਤੇ ਲੱਗੀ ਹੈ ਅਤੇ ਇੱਕ ਥਾਈ 'ਤੇ ਲੱਗੀ ਹੈਗੀ ਹੈ ਅਤੇ ਦੂਜੇ 'ਤੇ ਸਿਰਫ ਥਾਈਸ 'ਤੇ ਲੱਗੀ ਹੈ। ਟੋਟਲ ਕਿੰਨੀਆਂ ਗੋਲੀਆਂ ਲੱਗੀਆਂ? ਤਿੰਨ ਹੀ ਕਹਿ ਸਕਦੇ ਹਾਂ, ਦੋਨਾਂ ਨੂੰ ਮਿਲਾ ਕੇ ਤਿੰਨ ਹੀ ਗੋਲੀਆਂ ਨੇ, ਇੱਕ ਦੇ ਥਾਈ 'ਤੇ, ਦੂਜੇ 'ਤੇ ਇੱਕ, ਦੂਜੇ 'ਤੇ ਦੋ ਜਗ੍ਹਾ 'ਤੇ, ਇੱਕ ਥਾਈਸ 'ਤੇ ਅਤੇ ਇੱਕ ਸਕਰੋਟਮ 'ਤੇ। ਹਾਂਜੀ ਹਾਂਜੀ ਬਿਲਕੁਲ ਸਟੇਬਲ ਨੇ, ਆਪਾਂ ਟ੍ਰੀਟਮੈਂਟ ਕਰ ਦਿੱਤਾ, ਬਾਕੀ ਸਰਜਨ ਵੀ ਦੇਖ ਗਏ ਨੇ ਅਤੇ ਸਟੇਬਲ ਹੈ ਪੇਸ਼ੈਂਟ ਬਿਲਕੁਲ। ब्यूरो रिपोर्ट, दिव्या पंजाब टीवी, बटाला।